ਕੱਲ ਤੋਂ ਸਰਕਾਰੀ ਖਰੀਦ ਦਾ ਐਲਾਨ ਕੀਤਾ ਗਿਆ। ਪੰਜਾਬ ਵਿੱਚ ਆੜਤੀ ਐਸੋਸੀਏਸ਼ਨ ਵੱਲੋਂ ਖਰੀਦ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਹੈ। ਸਾਡਾ ਕੋਈ ਦਿਲ ਨਹੀਂ ਕਰਦਾ ਹੁੰਦਾ ਕਿ ਅਸੀਂ ਕਿਸੇ ਵੀ ਕੰਮ ਨੂੰ ਇਸ ਤਰ੍ਹਾਂ ਰੱਖੀਏ ਕਿ ਜਿਹਦੇ ਨਾਲ ਕਿਸੇ ਨੂੰ ਵੀ ਕੋਈ ਦਿੱਕਤ ਆਵੇ। ਮਜਬੂਰੀ ਸੀ ਪਿਛਲੇ 3 2 3-4 ਸਾਲਾਂ ਤੋਂ ਕੀ ਹੋ ਰਿਹਾ ਹੈਗਾ ਕਿ ਸਾਡੀ ਜੋ ਆੜਤਾ ਹੈ 22% ਤੋਂ ਘਟਾ ਕੇ ਉਹ ਫਿਕਸ ਕਰ ਦਿੱਤੀ ਗਈ ਹੈ। ਜਿੰਨਾ ਬਿਲ ਆ ਗਿਆ ਉਹਨੇ ਪੈਸੇ ਦੇਣੇ ਪੈਣਗੇ। ਇਹ ਪਤਾ ਨਹੀਂ ਕਿੱਥੇ ਗਾਇਬ ਹੈ ਵੀ ਕਿਉਂ ਪੈਸੇ ਘੱਟ ਦਿੱਤੇ ਜਾਂਦੇ ਨੇ, ਲਾ ਕੇ ਦੱਸਿਆ ਜਾਂਦਾ ਵੀ ਥੋੜਾ ਪੈਸਾ ਕਿੱ데 ਪਾਸੇ ਜਾ ਰਿਹਾ ਹੈ। ਤਾ ਅੱਜ ਜੀਰਦਾ ਭਾਅ 2320 ਰੁਪਏ ਸਰਕਾਰੀ ਭਾਅ ਹੈ ਤਾਂ ਸਾਡੀ 858 ਰੁਪਏ ਬਣਦੀ ਹੈ ਉਸ ਹਿਸਾਬ ਨਾਲ ਪਰੰਤੂ ਸਾਨੂੰ ਮਿਲਨੀ ਕਿੰਨੀ ਹੈ 45 ਰੁਪਏ 38 ਪੈਸੇ ਮਿਲੂਗੀ ਪਤਾ ਨਹੀਂ 45 88 ਪੈਸੇ ਮਿਲੂਗੀ ਹਾਲੇ ਵੀ ਕੋਈ ਕਨਫਰਮ ਨਹੀਂ ਹੈ ਸਾਡੀ ਦਾ ਸੀਜ਼ਨ ਸ਼ੁਰੂ ਹੋਣ ਲੱਗਾ ਹੈ ਤੇ ਪੰਜਾਬ ਸਰਕਾਰ ਵੱਲੋਂ 1 ਅਕਤੂਬਰ ਯਾਨੀ ਕਿ ਕੱਲ ਤੋਂ ਸਰਕਾਰੀ ਖਰੀਦ ਦਾ ਐਲਾਨ ਕੀਤਾ ਗਿਆ ਪਰ ਸਰਕਾਰ ਦੇ ਇਸ ਸਰਕਾਰੀ ਖਰੀਦ ਨੂੰ ਲੈ ਕੇ ਇੱਕ ਵੱਡੀ ਅਪਡੇਟ ਹੈ ਸਰਕਾਰ ਨੂੰ ਇਸ ਵਿੱਚ ਵੱਡੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਪੰਜਾਬ ਵਿੱਚ ਆੜਤੀ ਐਸੋਸੀਏਸ਼ਨ ਵੱਲੋਂ ਖਰੀਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਹੈ ਸਾਡਾ ਸੰਗਰੂਰ ਆਰਟੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਇਹਨਾਂ ਨਾਲ ਗੱਲ ਕਰਦੇ ਆ ਆਖੇਕਾਰ ਕੀ وجہ ਹੈ ਕਿਉਂ ਜਿਹੜਾ ਖਰੀਦਾ ਬਾਈਕਾਟ ਕੀਤਾ ਹੈ ਪ੍ਰਧਾਨ ਜੀ ਸਰਕਾਰੀ ਖਰੀਦਾ ਬਾਈਕਾਟ ਕੀਤਾ ਕੀ ਕਾਰਨ ਹੈ ਕੀ ਮੰਗਣੇ ਮੈਂ ਪ੍ਰਧਾਨ ਆਰਟੀ ਐਸੋਸੀਏਸ਼ਨ ਸੰਗਰੂਰ ਈਸ਼ਨ ਕੁਮਾਰ ਪਾਉਂਗਾ ਸਾਡਾ ਕੋਈ ਦਿਲ ਨਹੀਂ ਕਰਦਾ ਹੁੰਦਾ ਵੀ ਅਸੀਂ ਕਿਸੇ ਵੀ ਕੰਮ ਨੂੰ ਇਸ ਤਰ੍ਹਾਂ ਰੱਖੀਏ ਕਿ ਜਿਹਦੇ ਨਾਲ ਕਿਸੇ ਨੂੰ ਵੀ ਕੋਈ ਦਿੱਕਤ ਆਵੇ ਮਜਬੂਰੀ ਸੀ ਪਿਛਲੇ 3 2 3-4 ਸਾਲਾਂ ਤੋਂ ਕੀ ਹੋ ਰਿਹਾ ਹੈਗਾ ਕਿ ਸਾਡੀ ਜੋ ਆੜਤਾ ਹੈ 22% ਤੋਂ ਘਟਾ ਕੇ ਕੁਝ ਫਿਕਸ ਕਰ ਦਿੱਤੀ ਗਈ ਹੈ ਜਿਵੇਂ ਕਣਕ ਦੇ ਵਿੱਚੋਂ ਲਗਭਗ 46 ਰੁਪਏ ਤੇ ਜੂਰੀ ਦੇ ਵਿੱਚੋਂ 45 ਰੁਪਏ 88 ਪੈਸੇ ਜਾਂ 45 ਰੁਪਏ 38 ਪੈਸੇ ਇਸ ਤਰ੍ਹਾਂ ਪਾਈ ਜਾ ਰਹੀ ਹੈ ਜਦਕਿ ਇਹਦਾ ਕੋਈ ਲੈਟਰ ਕਿਤੇ ਕੋਈ ਇਸ਼ੂ ਨਹੀਂ ਹੋਇਆ ਪਤਾ ਨਹੀਂ ਕਿੱਥੋਂ ਇਹ ਨਵਾਂ ਫੰਡਾ ਕੱਢ ਲਿਆ 45 ਰੁਪਏ 88 ਪੈਸੇ ਦਾ ਜਾਂ 46 ਰੁਪਈਆਂ ਦਾ ਸਮਝ ਨਹੀਂ ਆ ਰਹੀ ਗੱਲ ਜਦਕਿ ਸਰਕਾਰ ਵੱਲੋਂ ਪੀਐਫਐਮਐਸ ਪੋਰਟਲ ਬਣਾਇਆ ਗਿਆ ਹੈ ਉਹ ਪੋਰਟਲ ਬਾਇ ਡਿਫਾਲਟ ਹੀ ਲੇਬਰ ਚੱਕਦਾ ਉਹ ਚਾੜ੍ਹ ਕੀਤੀ ਜਾਂਦੀ ਹੈ ਪਹਿਲਾਂ ਉਹ ਬਾਈ ਡਿਫਾਲਟ ਹੀ ਸਾਡੀ ਆੜਤ ਚੱਕਦਾ ਤੇ ਉਹਦੇ ਵਿੱਚ ਜਿਹੜਾ ਸਾਡਾ ਬਿਲਾ ਹੈ ਉਹ 2.5% ਆੜਤ ਨਾਲ ਹੀ ਬਣਦਾ ਹੈ ਲੇਕਿਨ ਬਿਲੋ ਪਾਸ ਵੀ ਹੁੰਦਾ ਹੈ ਪਰੰਤੂ ਜਦੋਂ ਸਾਡੇ ਕੋਲੇ ਆੜਤ ਆਉਂਦੀ ਹੈ ਲਾਸਟ ਵਿੱਚ ਸਾਨੂੰ ਪੈਂਦੀ ਹੈ ਤਾਂ 45 ਰੁਪਏ 38 ਪੈਸੇ ਜਾਂ 45 ਰੁਪਏ 88 ਪੈਸੇ ਜਾਂ 46 ਰੁਪਏ ਪਾਈ ਜਾਂਦੀ ਹੈ ਹੁਣ ਇਹ ਗੈਪ ਕਿੱਥੇ ਹੈ ਸਮਝ ਨਹੀਂ ਆਉਂਦਾ ਕਿਉਂਕਿ ਕਿਸੇ ਵੀ ਅਜ ਤੱਕ ਕਿਦੇ ਕੋਈ ਦੇਖਿਆ ਨਹੀਂ ਇਹ ਵੀ ਜਦੋਂ ਕੋਈ ਬਿੱਲ ਲੈ ਲਿਏ ਕਿਸੇ ਵੀ ਚੀਜ਼ ਦਾ ਅਸੀਂ ਕੋਈ ਚੀਜ਼ ਵੀ ਖਰੀਦਿਆ ਬਾਜ਼ਾਰ ਚੋਂ ਈਵਨ ਕਿ ਅਸੀਂ ਕਿਸੇ ਦੋਸਤੋਂ ਤੋਂ ਤੁਹਾਨੂੰ ਖਰੀਦਤਾ ਉਹਨਾਂ ਨੂੰ ਪੂਰੇ ਪੈਸੇ ਪਾਉਣੇ ਪੈਣਗੇ ਜਿੰਨਾ ਬਿੱਲ ਆ ਗਿਆ ਉਹਨੇ ਪੈਸੇ ਦੇਣੇ ਪੈਣਗੇ ਇਹ ਪਤਾ ਨਹੀਂ ਕਿੱਥੇ ਗੈਪ ਹੈ ਵੀ ਕਿਉਂ ਪੈਸੇ ਘੱਟ ਦਿੱਤੇ ਜਾਂਦੇ ਨੇ ਨਾ ਕਿ ਦੱਸਿਆ ਜਾਂਦਾ ਵੀ ਤੁਹਾਡਾ ਪੈਸਾ ਕਿੱਦੇ ਪਾਸੇ ਜਾ ਰਿਹਾ ਘੱਟੋ ਘੱਟ ਇਹ ਪਤਾ ਲੱਗੇ ਵੀ ਇਹ ਕਦੋਂ ਪਾਸ ਹੋ ਗਿਆ ਐਕਟ ਕੋਈ ਨਵਾਂ ਵੀ ਤੁਹਾਡੀ ਆਰਟ ਫਿਕਸ ਕਰ ਦਿੱਤੀ ਗਈ ਹੈ ਦੇਖੋ ਜੀ ਸਾਰਿਆਂ ਨੂੰ ਪਤਾ ਹੈ ਕਿ ਖਰਚੇ ਸਭ ਦੇ ਉਸ ਤਰ੍ਹਾਂ ਕਿ ਇਨਫਲੇਸ਼ਨ ਵੱਧ ਰਹੀ ਹੈ ਤੇ ਮਹਿੰਗਾਈ ਸਾਨੂੰ ਸਾਰਿਆਂ ਨੂੰ ਪਤਾ ਹੈ ਕੋਈ ਸਵਦੇਈ ਲਈਏ ਡੀਏਟੀਏ ਸਭ ਨੂੰ ਚਾਹੀਦਾ ਲੋਡ ਹੈਗੀ ਸਾਰੇ ਪਰਿਵਾਰਿਕ ਨੇ ਜਦ ਕਿ ਫਸਲ ਦਾ ਮੁੱਲ ਵੱਧ ਰਿਹਾ ਹੁਣ ਆਪਾਂ ਜਿਹੇ ਐਸਵੀਲ ਦੀ ਗੱਲ ਕਰੀਏ ਤਾਂ ਅੱਜ ਜਿਹਦਾ ਭਾਅ 2320 ਰੁਪਏ ਸਰਕਾਰੀ ਭਾਅ ਹੈ ਤਾਂ ਸਾਡੀ 6858 ਰੁਪਏ ਬਣਦੀ ਹੈ ਉਸ ਹਿਸਾਬ ਨਾਲ ਪਰੰਤੂ ਸਾਨੂੰ ਮਿਲਣੀ ਕਿੰਨੀ ਹੈ 45 ਰੁਪਏ 38 ਪੈਸੇ ਮਿਲੂਗੀ ਪਤਾ ਨਹੀਂ 45 88 ਪੈਸੇ ਮਿਲੂਗੀ ਹਲੇ ਵੀ ਕੋਈ ਕਨਫਰਮ ਨਹੀਂ ਹੈ ਕਿ ਇਸ ਨੂੰ ਲੈ ਕੇ ਕਦੇ ਤੁਸੀਂ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਕੋਈ ਗੱਲ ਨਹੀਂ ਕੀਤੀ ਕੋਈ ਮੀਟਿੰਗ ਨਹੀਂ ਹੋਈ ਵੀ ਜਿਹੜੀ ਸਾਡੀ ਮਿਹਨਤ ਹੈ ਉਹ ਸਾਨੂੰ ਘੱਟ ਮਿਲ ਰਹੀ ਹੈ ਸਾਡੇ ਸਤਕਾਰਯੋਗ ਪ੍ਰਧਾਨ ਜੀ ਜੇ ਕਲੜਾ ਜੀ ਬਹੁਤ ਵਾਰੀ ਇਹ ਵਿਸ਼ੇ ਤੇ ਸੈਂਟਰ ਨਾਲ ਵੀ ਪੰਜਾਬ ਸਰਕਾਰ ਨਾਲ ਵੀ ਇਹ ਗੱਲ ਉਠਾ ਚੁੱਕੇ ਨੇ ਵੀ ਭਾਈ ਕੀ ਕਾਰਨ ਦੱਸੋ ਕਿਉਂ ਘੱਟ ਦੇ ਰਹੇ ਹੋ ਤੇ ਜੇ ਕੋਈ ਐਕਟ ਪਾਸ ਹੋ ਗਿਆ ਨਵਾਂ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਤੁਸੀਂ ਨਾ ਕਾਨੂੰਨ ਪਾਸ ਕਰਤਾ ਤਾਂ ਉਹ ਤੁਹਾਨੂੰ ਦੱਸਿਆ ਜਾਵੇ ਚਲੋ ਜੇ ਬਣ ਗਈ ਗੱਲ ਫਿਰ ਸਰਕਾਰੀ ਗੱਲਾਂ ਮੰਨਣੀਆਂ ਮੈਂਦੀਆਂ ਨਹੀਂ ਆਪਾਂ ਸਾਰੇ ਸਟੇਟਮੈਂਟ ਚਲਾਉਣਾ ਹੁੰਦਾ ਹੈ ਸਰਕਾਰ ਨੇ ਸੈਂਟਰ ਨੂੰ ਚਲਾਉਣਾ ਹੁੰਦਾ ਹੈਗਾ ਉਹ ਸਰਕਾਰ ਦੀ ਜ਼ਿੰਮੇਵਾਰੀ ਹੋਈ ਹੈਗੀ ਪਰ ਕੋਈ ਨਾ ਕੋਈ ਤਾਂ ਉਹਦੇ ਲਈ ਪਹਿਲਾਂ ਲੈਟਰ ਇਸ਼ੂ ਹੁੰਦਾ ਵੀ ਆਹ ਕੰਮ ਇਸ ਤਰ੍ਹਾਂ ਹੋਊਗਾ ਬਟ ਇਹਦੇ ਪ੍ਰਤੀ ਕੋਈ ਸਾਨੂੰ ਲੈਟਰ ਨੇ ਕਦੇ ਵੀ ਇਸ਼ੂ ਹੋਇਆ ਵੀ ਹੁਣ ਜਿਵੇਂ ਲੇਬਰ ਦਾ ਲੈਟਰ ਦੀ ਗੱਲ ਆਇਆ ਵਾ ਇਸ਼ੂ ਹੁੰਦਾ ਵੀ ਲੈਬਰ ਐਨੀ ਬਣ ਗਈ ਭਾਈ ਆਹ ਲੈਬਰ ਨੂੰ ਕੱਟਣੀ ਐ ਐਨੀ ਤਲਾਈ ਐ ਐਨੀ ਚੜਾਈ ਐ ਐਨੀ ਭਰਾਈ ਐ ਤੇ ਐਨੀ ਟਾਂਕੇ ਦੀ ਐ ਜਾਂ ਐਨੀ ਲੋਡਿੰਗ ਦੀ ਐ ਪਰੰਤੂ ਇਹਦੇ ਇਹਦੇ ਸੰਬੰਧਕ ਕੋਈ ਲੈਟਰ ਨਹੀਂ ਇਸ਼ੂ ਹੋਇਆ ਵੀ ਆਪਾਂ ਜੀ ਥੋਡੀ ਜਿਹੜੀ ਆੜਤ ਹੈ ਜਿਹੜੀ ਤੁਸੀਂ ਸਰਵਿਸਿਜ਼ ਦਿੰਨੇ ਹੋ ਉਹਦੇ ਪ੍ਰਤੀ ਤੁਹਾਨੂੰ ਅਸੀਂ ਇੰਨੀ ਲੇਬਰ ਦਿੰਨੇ ਆ ਤੁਹਾਨੂੰ ਦામ ਹੀ ਦਿੰਨੇ ਆ ਉਹ ਇੰਨੀ ਬਣਦੀ ਹੈ ਪਤਾ ਨਹੀਂ ਕਿਉਂ ਕਿੱਥੇ ਗਏ ਪੈਸੇ ਸਾਡੀ ਮੁੱਖ ਮੰਗ ਇਹੀ ਹੈ ਕਿ ਜੋ ਸਾਡੀ ਆੜਤ ਹੈ ਉਹ ਜਿਸ ਤਰ੍ਹਾਂ 2.5% ਪਹਿਲਾਂ ਸਰਕਾਰ ਵੱਲੋਂ ਚੱਲਦੀ ਸੀ ਪੰਜਾਬ ਸਰਕਾਰ ਵੱਲੋਂ ਚੱਲਦੀ ਸੀ ਸਾਨੂੰ ਉਹ ਬਰਕਰਾਰ ਰੱਖੀ ਜਾਵੇ ਸਾਨੂੰ ਉਹ ਦਿੱਤੀ ਜਾਵੇ ਨਹੀਂ ਤਾਂ ਫਿਰ ਅਸੀਂ ਸਾਡੇ ਦੁਕਾਨਾਂ ਬੰਦ ਕਰਾਉਣੀਆਂ ਨੇ ਸਰਕਾਰ ਨੇ ਚਲੋ ਅੱਜ 46 ਰੁਪਏ ਲੱਗਦਾ ਵੀ ਠੀਕ ਨੇ ਆਉਣ ਵਾਲੇ 5 ਸਾਲਾਂ ਨੂੰ 46 ਦੀ ਕੋਈ ਕੀਮਤ ਨਹੀਂ ਰਹਿਣੀ ਇਹਨੂੰ ਫਲੇਸ਼ਨੋਂ ਬਾਤ ਰਹੀ ਹੈ 1 ਰੁਪਏ ਦੀ ਵੈਲਿਊ ਆ ਤੁਸੀਂ ਜਾਣਦੇ ਹੀ ਹੋ ਜੇ ਅਸੀਂ 10% ਨਾਲ ਵੀ 8% ਨਾਲ ਵੀ ਘਟਾਈਏ ਤਾਂ 5 ਸਾਲਾਂ ਨੂੰ ਤਾਂ ਅੱਧ ਹੀ ਰਹਿ ਜਾਣੀ 50 ਪੈਸੇ ਰਹਿ ਜਾਣੀ ਹੈ ਕੀ ਸਮਝਦੇ ਪ੍ਰਧਾਨ ਜਿਹੜੀ ਤੁਹਾਡੀ ਕਟੋਤੀ ਹੋ ਰਹੀ ਹੈ ਇਹ ਕਿੱਥੇ ਜਿਹੜਾ ਕਪਲਾ ਹੋ ਰਿਹਾ ਕੀ ਸੈਂਟਰ ਦੇ ਵਿੱਚ ਹੋ ਰਿਹਾ ਜਾਂ ਪੰਜਾਬ ਦੇ ਵਿੱਚ ਹੋ ਰਿਹਾ ਕਿੱਥੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਿੱਲ ਪਾਸ ਹੋ ਰਹੇ ਨੇ ਪਰ ਪੇਮੈਂਟ ਜਿਹੜੀ ਉਹ ਤੁਹਾਨੂੰ ਕਟੋਤੀ ਦੇ ਨਾਲ ਮਿਲ ਰਹੀ ਹੈ ਕਿੱਥੇ ਕਟੋਤੀ ਕਿੱਥੇ ਹੋ ਰਹੀ ਹੈ ਦੇਖੋ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੇਰੇ ਜਾਣਕਾਰੀ 'ਚ ਨਹੀਂ ਹੈ ਗੱਲ ਇਹ ਕਿ ਕਟੋਤੀ ਕਿੱਥੇ ਹੋ ਰਹੀ ਹੈ ਪਰ ਕਟੋਤੀ ਹੋ ਰਹੀ ਹੈ ਹੁਣ ਕੋਈ ਇਸ ਤਰ੍ਹਾਂ ਪੰਜਾਬ ਸਰਕਾਰ ਸਭ ਤੋਂ ਖਰੀਦੀ ਆ ਪਾਣੂ ਗ੍ਰੇਣਾ ਜਾਂ ਪਨਸਾ ਪਾਇਆ ਬੇਰ ਹਾਊਸ ਆ ਜਾਂ ਮਾਰਕ ਫੈਡ ਆ ਪੰਜਾਬ ਦੀਆਂ ਏਜੰਸੀਆਂ ਨੇ ਅਸੀਂ ਪੰਜਾਬ ਦੀਆਂ ਏਜੰਸੀਆਂ ਨੂੰ ਸਾਰੀ ਜਿਲੀ ਦਿੰਦੇ ਆ ਇਹ ਸਾਰਾ ਮਾਲ ਪੰਜਾਬ ਦੀਆਂ ਕਣਕੂ ਮੈਕਸਿਮਮ ਜਿਹੜੀ ਸਾਡੀ ਪਰਚੇਜ ਆ ਪੰਜਾਬ ਦੇ ਵਿੱਚ ਉਹ ਪੰਜਾਬ ਸਰਕਾਰ ਕਰਦੀ ਆ ਐਫਸੀ ਦਾ ਬਹੁਤ ਨਿਗੁਣਾ ਜਾ ਮਾਲ ਖਰੀਦੀ ਹੈ ਕੋਈ ਜ਼ਿਆਦਾ ਉਹਦੀ ਕੋਈ ਮਤਲਬ ਇਹਦੇ ਵਿੱਚ ਹੈ ਨਹੀਂ ਕੋਈ ਇਨਵੋਲਵਮੈਂਟ ਤੋ ਅਸੀਂ ਕਹਾਂਗੇ ਇੱਕ ਅਸਥਾਈ ਗੱਲ ਕਹਾਂਗੇ ਕਿਉਂਕਿ ਜੋ ਪੈਸੇ ਨਾਲ ਪੰਜਾਬ ਸਰਕਾਰ ਪੇ ਕਰਦੀ ਹੈ ਵੀ ਕਿਤਰਾ ਕਿਤੇ ਗੈਪ ਕਿੱਥੇ ਆਪਾਂ ਨੇ ਪੰਜਾਬ ਸਰਕਾਰ ਗੈਪ ਪਾ ਰਹੀ ਹੈ ਜਾਂ ਸੈਂਟਰ ਨੂੰ ਕਹਿੰਦੀ ਹੈ ਵੀ ਤੁਸੀਂ ਘੱਟ ਦਿਓ ਇਹ ਪਤਾ ਨਹੀਂ ਹੁਣ ਵੀ ਕਿੱਥੇ ਕਹਾਣੀ ਖੜੀ ਹੈ ਗੱਲ ਤਾਂ ਇਹੀ ਹੈ ਵੀ ਇਹਦੇ ਪਰਤੇ ਕੁਝ ਲੈਟਰਨ ਇਸ਼ੂ ਹੈ ਮੇਰੇ ਖਿਆਲ ਚ ਤਾਂ ਵੀ ਉਨ ਤੱਕ ਆ ਮੁੱਕੀ ਹੋਇਆ ਵੀ ਜਲ ਇੰਨੇ ਇੰਨੇ ਦੇ ਦਿਓ ਤੇ ਜਪਾਂ ਨੂੰ ਕਹਦੇ ਨੇ ਜਲ ਇੰਨੇ ਦੇ ਦਿਓ ਜਨਕਣ ਸਾਰ ਲੈਣਗੇ ਬੱਚੇ ਨੂੰ ਕਹਦੇ ਨੇ ਜਲ ਟੌਫੀ ਲੈ ਲੈ ਜਿਹਦੇ ਨੂੰ ਕੱਲ ਨੂੰ ਦੋ ਦੇਵਾਂਗੇ ਮਤਲਬ ਉਸ ਤਰ੍ਹਾਂ ਦੀ ਪੋਜੀਸ਼ਨ ਜੀ ਲੱਗਦੀ ਹੈ ਮੈਨੂੰ ਇਹ ਕੋਈ ਬਹੁਤੀ ਸਾਰਥਕ ਜੀ ਗੱਲ ਨਹੀਂ ਲ ਜਿਸ ਤਰ੍ਹਾਂ ਤੁਸੀਂ ਹੜਤਾਲ ਦਾ ਐਲਾਨ ਕੀਤਾ ਹੋਇਆ ਹੈ ਕੀ ਤੁਹਾਡੇ ਨਾਲ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਜਾਂ ਕੋਈ ਉੱਚ ਅਧਿਕਾਰੀ ਨੇ ਆ ਕੇ ਸੰਪਰਕ ਕੀਤਾ ਕਿ ਤੁਸੀਂ ਜਿਹੜੀ ਹੜਤਾਲ ਹੋ ਉਹ ਆਪਣੀ ਖਤਮ ਕਰ ਦਿਓ ਤੁਹਾਡੀ ਜਿਹੜੀ ਸਮੱਸਿਆਵਾਂ ਦਾ ਉਹਦਾ ਹੱਲ ਕੀਤਾ ਕੋਈ ਹੋਲ ਤੱਕ ਹੋਈ ਕੋ ਮੀਟਿੰਗ ਹਾਂ ਕੱਲ ਸਾਡੇ ਮਾਨਯੋਗ ਪ੍ਰਧਾਨ ਜੀ ਸ਼੍ਰੀ ਵਿਜੈ ਕਲੜਾ ਜੀ ਮੀਟਿੰਗ ਦੇ ਵਿੱਚ ਗਏ ਜਿਹਦੇ ਵਿੱਚ ਸਰਕਾਰ ਦੇ ਸਾਡੇ ਮਾਨਯੋਗ ਮੰਤਰੀ ਸਾਹਿਬਾਨ ਮਾਨਯੋਗ ਸੈਕਟਰੀ ਸਾਹਿਬਾਨ ਉੱਥੇ ਹਾਜ਼ਰ ਹੋਏ ਉਹਨਾਂ ਅੱਗੇ ਗੱਲ ਰੱਖੀ ਗਈ ਉਹਨਾਂ ਨੇ ਹੰਘਾਰਾ ਦਾ ਭਰਿਆ ਵੀ ਬਣਦਾ ਹੀ ਹੈ ਜੋ ਹੋਏਗਾ ਜਿਵੇਂ ਕੱਲ ਸਾਨੂੰ ਕੱਲ ਵਾਲਾ ਜੀ ਨੇ ਦੱਸਿਆਗਾ ਪਰ ਕੋਈ ਉਹਦੇ ਲਈ ਸਾਰਥਕ ਲੈਟਰ ਮਤਲਬ ਸਾਰਥਕ ਅਪਰੋਚ ਨਹੀਂ ਲੱਗ ਰਹੀ ਵੀ ਪੋਜ਼ਿਟਿਵ ਅਪਰੋਚ ਹੈ ਤੁਹਾਡੀ ਸਾਡੀ ਆਹ ਜਿਸ ਦੇ ਆਧਾਰ ਤੇ ਤੁਹਾਨੂੰ ਕੱਲ ਨੂੰ ਇਸ ਤਰ੍ਹਾਂ ਹੋ ਜਾਊਗਾ ਜਾਂ ਪ੍ਰਕਾਸ਼ ਵਾਸ਼ੂ ਦਿੱਤਾ ਹੋਵੇ ਵੀ 1 ਮਹੀਨੇ ਬਾਅਦ ਅਸੀਂ ਜਾਂ 10 ਦਿਨਾਂ ਬਾਅਦ ਲੈਟਰ ਇਸ਼ੂ ਕਰ ਦਾਂਗੇ ਜਿਸ ਦੇ ਆਧਾਰ ਤੇ ਤੁਹਾਡਾ ਇਹ ਕੰਮ ਹੋ ਜਾਊਗਾ ਕੀ ਸਮਝਦੇ ਪ੍ਰਧਾਨ ਜੀ ਕਿ ਕਿਸਾਨ ਆ ਜਿਹੜਾ ਆਪਣੀ ਫਸਲ ਲੈ ਕੇ ਕੱਲ ਨੂੰ ਮੰਡੀ ਚ ਆਉਣਾ ਜਿਹੜਾ ਸ਼ੁਰੂ ਹੋ ਜਾਊਗਾ ਤਕਰੀਬਨ ਕੁਝ ਕੈਨ ਲਾ ਲੋ ਵੀ ਇਕੱਲੇ ਕਿ ਆ ਵੀ ਰਹੇ ਨੇ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਜਿਹੜੇ ਕਿਸਾਨਾਂ ਦੀ ਖੱਜਲ ਖਵਾਰੀ ਉਹ ਵੀ ਨੇ ਚੁਰ ਲੀਏ ਦੇਖੋ ਖਜਲ ਸਭ ਦੀ ਹੋਇਆ ਹੁਣ ਅੱਜ ਅਸੀਂ ਇਕੱਲੇ ਹੜਤਾਲ ਤੇ ਨਹੀਂ ਜਾ ਰਹੇ ਸੈਲਰ ਸਿਚੂਏਸ਼ਨ ਨਾਲ ਤੁਹਾਨੂੰ ਸਾਰਾ ਪਤਾ ਸੈਲਰ ਸਾਰੇ ਬੰਦ ਨੇ ਹਾਲੇ ਤੱਕ ਸੈਲਰ ਆਣਾ ਨਹੀਂ ਆਪਣੀ ਡਾਕੂਮੈਂਟਸ ਨਹੀਂ ਦਿੱਤੇ ਸਰਕਾਰ ਨੂੰ ਵੀ ਅਸੀਂ ਸੈਲਰ ਚਲਾਉਣਾ ਨਾ ਚਲਾਉਣਾ ਉਦੋਂ ਬਾਅਦ ਸਾਡੇ ਜਿਹੜੇ ਮੁੱਖ ਤੇ ਰਹਿ ਸਾਡੇ ਦਾ ਮੰਡੀ ਦੇ ਵਿੱਚ ਉਹ ਮਜ਼ਦੂਰ ਭਾਈ ਜਾ ਰਿਹਾ ਹੈ ਮਜ਼ਦੂਰਾਂ ਦੀ ਮਜ਼ਦੂਰੀ ਨਹੀਂ ਪ੍ਰੋਪਰ ਹੋ ਰਹੀ ਹਰਿਆਣਾ ਦੇ ਵਿੱਚ 3 ਰੁਪਏ ਕੁਛ ਪੈਸੇ ਹੈ ਪੰਜਾਬ ਦੇ ਵਿੱਚ ਇੱਕ ਰੁਪਿਆ ਕੁਛ ਪੈਸੇ ਹੈ ਹਾਊ ਇਟ ਇਜ਼ ਪੋਸੀਬਲ ਇੰਨਾ ਡਿਫਰੈਂਸ ਕਿੱਥੇ ਖੜਾ ਹੈ ਉਹ ਕਿਵੇਂ ਕੰਮ ਕਰਨਗੇ ਜਦ ਕਿ ਪੰਜਾਬ ਦੀ ਜਿਹੜੀ ਇਨਕਮ ਹੈ ਉਹ ਅੱਜ ਤੱਕ ਮੰਨਿਆ ਜਾਂਦਾ ਸੀ ਪੰਜਾਬ ਦੀ ਇਨਕਮ ਜ਼ਿਆਦਾ ਹੈ ਹਰਿਆਣਾ ਦੇ ਇਨਕਮ ਘੱਟ ਹੈ ਪਰ ਕੈਪੀਟਾ ਪਰ ਉਲਟ ਕੀ ਹੋ ਰਿਹਾ ਹੈਗਾ ਕਿ ਜਿਹੜੀ ਸਾਡੇ ਮਜ਼ਦੂਰ ਉਹਨਾਂ ਦੇ ਉਹ ਮਜ਼ਦੂਰ ਹੜਤਾਲ ਤੇ ਚਲੇ ਗਏ ਜੇ ਜੇਕਰ ਸਰਕਾਰ ਸੁਹਿਰਦ ਹੋਵੇ ਤਾਂ ਛੋਟੇ-ਛੋਟੀਆਂ ਗੱਲਾਂ ਪ੍ਰਤੀ ਥੋੜਾ ਜਿਹਾ ਧਿਆਨ ਦੇ ਕੇ ਇਹਨੂੰ ਸੋਲਵ ਕਰ ਸਕਦੀ ਹੈ ਜਿਹੜੀਆਂ ਮੀਟਿੰਗਾਂ ਅੱਜ ਸਰਕਾਰ ਕਰ ਰਹੀ ਹੈ ਕੱਲ ਮੀਟਿੰਗ ਕੀਤੀ ਜਿਵੇਂ ਜੇ ਸਰਕਾਰ ਵੀ ਦਿਨ ਪਹਿਲਾਂ ਮੀਟਿੰਗ ਕਰ ਰਹੀ ਆਂਦੀ ਸ਼ਾਇਦ ਕੋਈ ਸਾਰਥਕ ਹੱਲ ਲੇਦਾ ਵਧੀਆ ਹੋ ਜਾਂਦਾ ਜਿਵੇਂ ਕੱਲ ਨੂੰ ਹੜਤਾਲ ਦਾ ਸਨੇਹ ਸੱਦਾ ਦਿੱਤਾ ਜਾਏਗਾ ਸ਼ਾਇਦ ਇਹ ਨਾ ਦੇਣਾ ਪੈਂਦਾ ਕਿਸੇ ਨੂੰ ਦੇਖੋ ਹੜਤਾਲ ਤਾਂ ਇੱਕ ਲਾਸਟ ਹਥਿਆਰ ਹੈ ਹੜਤਾਲ ਕਰਨਾ ਕਿਸੇ ਜੀ ਨਹੀਂ ਕਰਦਾ ਮਸਤਾਂ 6 ਮਹੀਨੇ ਬਾਅਦ ਸੀਜ਼ਨ ਆਉਂਦਾ ਯਾਰ ਸਾਰਿਆਂ ਲਈ ਚਾਹੇ ਉਹ ਸਾਡੇ ਮਜ਼ਦੂਰ ਭਾਈਚਾਰਾ ਸਾਡਾ ਕਿਸਾਨ ਭਾਈਚਾਰਾ ਅਸੀਂ ਆੜਤੀ ਤਾਂ 2 ਮਹੀਨਾ ਪਹਿਲਾਂ ਲੱਗਦਾ ਜੀ ਕਰਨਾ ਜੇ ਤਰਫਾ ਲੰਖੀ ਦੋਏ ਕਰੈਡਿਟ ਖਰੀਦੋ ਏ ਬਿਜਲੀ ਦੇ ਵੱਲੋਂ ਪੱਖੇ ਤੇ ਸਭ ਤਿਆਰੀਆਂ ਕਰ ਲਓ ਪੂਰੀਆਂ ਬਾਥਰੂਮ ਤਿਆਰ ਹੋਣ ਚਾਹੀਦੇ ਨੇ ਭਾਈ ਫਲਾਣਾ ਤਿਆਰ ਹੋਣਾ ਚਾਹੀਦਾ ਹੈਗਾ ਹਨਾ ਪੂਰੇ ਖੁਸ਼ੀ ਦੇ ਰੌਣਚ ਹੁੰਦੇ ਨੇ ਕਿ ਚਿਮਨਾਬਦ ਪੰਜਾਬ ਦੀ ਆਰਥਿਕਤਾ ਸਾਰੀ ਫਸਲ ਤੇ ਖੜੀ ਆ ਫਸਲ ਆਉਗੀ ਅਸੀਂ ਇਹਦੇ ਚ ਸਾਰਿਆਂ ਨੇ ਹਿੱਸਾ ਰਲ ਕੇ ਖਾਣਾ ਹੈ ਇਸੇ ਨੂੰ ਖਾਣਾ ਸਾਰਿਆਂ ਨੇ ਪਰ ਅੱਜ ਸਾਰੇ ਮਾਜੂਸ਼ ਹੋਏ ਬੈਠੇ ਆ ਉਹਨੇ ਉਹ ਹੜਤਾਲ ਦੇ ਬਾਗੇ ਮਜ਼ਦੂਰ ਭਾਈਚਾਰਾ ਸ਼ੈਲਦਰ ਐਸੋਸੀਏਸ਼ਨ ਜਿਨ੍ਹਾਂ ਨੇ ਚੌਲ ਨੂੰ ਪੀੜਨਾ ਮਿਲਿੰਗ ਕਰਨੀ ਹੈ ਉਹ ਹੜਤਾਲ ਤੇ ਬੈਠੀ ਹੈ ਆਰਥਿਆ ਜੁਨੇ ਨੇ ਵਿਚਾਲੇ ਪੈ ਕੇ ਦੋਨੋਂ ਤਰ੍ਹਾਂ ਨੂੰ ਸੌਦੇਬਾਜ਼ੀ ਕਰਾਉਣੀ ਹੁੰਦੀ ਟਕਾਉਣਾ ਹੁੰਦਾਗਾ ਸਰਵਿਸ ਦੇਣੇ ਹੁੰਦੇ ਨੇ ਆਪਦੀਆਂ ਵੀ ਮਾਲ ਆ ਗਿਆ ਕਿਸਾਨ ਦਾ ਉਹਨੂੰ ਚਾਹ ਪਾਣੀ ਉੱਥੇ ਟੁੱਕ ਦਾ ਪ੍ਰਬੰਧ ਕਰਨਾ ਮੰਜੇ ਬਿਸਤਰਾ ਪ੍ਰਬੰਧ ਕਰਨਾ ਰਹਿਣ ਦਾ ਰਾਤ ਨੂੰ ਪ੍ਰਬੰਧ ਕਰਨਾ ਉਹਦੇ ਟਾਇਲਟ ਬਾਥਰੂਮ ਦਾ ਪ੍ਰਬੰਧ ਕਰਨਾ ਤੇ ਉਧਰੋਂ ਬਾਦ ਉਹਦੋਂ ਬਾਅਦ ਪਰ ਮਾਲ ਨੂੰ ਤਿਆਰ ਕੀਤੇ ਹੋਏ ਮਾਲ ਨੂੰ ਸੰਭਾਲ ਕੇ ਰੱਖਣਾ ਤੇ ਉਹਦੇ ਸ਼ੈਲਰ ਤੱਕ ਪਹੁੰਚਾਉਣਾ ਉਹ ਜਗ੍ਹਾ ਤੱਕ ਪਹੁੰਚਾਉਣਾ ਜਿੱਥੇ ਉਹਦੀ ਡੰਪਿੰਗ ਹੋਣੀ ਹੈ ਉਹ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਇਸ ਸਬੰਧੀ ਸਾਨੂੰ ਜਿਹੜਾ ਜੋ ਕਮਿਸ਼ਨ ਆਉਂ ਮਿਲਦਾ ਹੈ ਲੇਕਿਨ ਹੁਣ ਸਾਰਾ ਕੁਝ ਠੱਪ ਪਿਆ ਹੁਣ ਕੱਲ ਨੂੰ ਪੂਰੇ ਤੌਰ ਤੇ ਹੜਤਾਲ ਹੈ 100% ਹੜਤਾਲ ਹੈ ਸਾਡੀ ਅਸੀਂ ਇਸ ਹੜਤਾਲ ਵਿੱਚ ਪੂਰਨ ਭਾਗ ਲਵਾਂਗੇ ਤੇ ਸਰਕਾਰ ਨੂੰ ਮੈਂ ਬੇਨਤੀ ਕਰਦਾ ਆਂ ਵੀ ਜਿੰਨਾ ਛੇਤੀ ਹੋ ਸਕੇ ਇਸ ਮਸਲੇ ਨੂੰ ਆਪਣੇ ਤੌਰ ਤੇ ਜਰੂਰ ਇਹ ਮੰਗਾਂ ਨੂੰ ਧਿਆਨ ਚ ਰੱਖਦੇ ਹੋਏ ਸਭ ਦੇ ਹਿੱਤਾਂ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਦੇ ਹਿੱਤਾਂ ਨੂੰ ਧਿਆਨ ਚ ਰੱਖਦੇ ਹੋਏ ਕਿਸਾਨਾਂ ਦੇ ਮਜ਼ਦੂਰਾਂ ਦੇ ਆਰਥਿਕਾਂ ਦੇ ਪੰਜਾਬ ਦੀ ਆਰਥਿਕਤਾ ਦੇ ਸਿਸਟਮ ਨੂੰ ਧਿਆਨ ਚ ਰੱਖਦੇ ਹੋਏ ਇਹਨੂੰ ਜਲਦ ਤੋਂ ਜਲਦੀ ਇਹਨੂੰ ਮਸਲੇ ਨੂੰ ਸੁਲਝ ਤਾਕੇ ਪੰਜਾਬ ਇੱਕ ਰੰਗਲਾ ਪੰਜਾਬ ਹੀ ਬਣਿਆ ਰਵੇ ਕਿਸੇ ਚ ਵੀ ਕਿਸੇ ਤਰ੍ਹਾਂ ਦੀ ਕੋਈ ਤਰੇੜ ਨਾ ਆਵੇ ਕੋਈ ਭਲਚਾਰਕ ਇਸ ਤਰ੍ਹਾਂ ਨਾ ਖੁਣ ਲੱਗੇ ਵੀ ਉਹ ਬੰਦੇ ਅਸੀਂ ਕਿਹੜਾ ਹੋ ਚੁੱਕੇ ਮਜ਼ਦੂਰ ਨਹੀਂ ਕੰਮ ਕਰਦੇ ਮਜ਼ਦੂਰ ਹੋ ਚੁਣਾਰਤੇ ਨਹੀਂ ਕੰਮ ਕਰਦੇ ਹਨ ਸੈਲਰ ਦੀ ਕੰਮ ਕਰਦੇ ਮਤਲਬ ਇਹਦੇ ਨਾਲ ਕੀ ਹੁੰਦਾ ਹੈ ਕਿ ਬੜੀ ਗਲਤਫਹਿਮੀ ਪੈਦਾ ਹੋ ਜਾਂਦੀਆਂ ਨੇ ਕਿਸੇ ਚ ਕੋਈ ਗਲਤਫਹਿਮੀ ਨਾ ਪੈਦਾ ਹੋਵੇ ਸਰਕਾਰ ਤਾਂ ਸਭ ਨੂੰ ਇੱਕ ਜਲਦੋਂ ਜਲਦੀ ਜਨਾ ਹੋ ਸਕੇ ਇਹ ਗੱਲ ਨੂੰ ਸੁਲਝਾਵੇ ਤੇ ਇਹਨਾਂ ਮੰਗਾ ਮੰਨ ਧਿਆਨ ਦੇ ਕੇ ਸਾਨੂੰ ਸੈਟੀਸਫਾਈ ਕਰਾਵੇ ਵੀ ਹਾਂ ਅਸੀਂ ਤੁਹਾਡੇ ਨਾਲ ਆ ਅਸੀਂ ਸਰਕਾਰ ਦੇ ਹਰ ਵੇਲੇ ਨਾਲ ਆ ਕਿਉਂਕਿ ਸਾਡਾ ਤਾਂ ਸਰਕਾਰ ਬਣਾ ਅਸੀਂ ਇੱਕ ਪੈਰ ਪਟਣ ਦੇ ਯੋਗ ਵੀ ਨਹੀਂ ਹਾਂ ਇਸ ਹਨ ਸਾਡੇ ਨਾਲ ਸੰਗਰੂਰ ਆੜਤਿਆ ਐਸੋਸੀਏਸ਼ਨ ਦੇ ਪ੍ਰਧਾਨ ਜੀ ਨੇ ਦੱਸਿਆ ਕਿ ਸਾਡੀ ਕਮਾਈ ਵਿੱਚ ਕਟੋਤੀ ਨੂੰ ਲੈ ਕੇ ਸਾਡੇ ਵੱਲੋਂ ਹੜਤਾਲ ਆ ਉਹ ਕੀਤੀ ਜਾ ਰਹੀ ਹੈ ਸਿੱਧੇ ਤੌਰ ਤੇ ਦੇਖਿਆ ਜਾਵੇ ਤਾਂ ਸਰਕਾਰ ਅਤੇ ਆੜਤਿਆਂ ਦੇ ਇਸ ਰੇੜਕੇ ਦੇ ਵਿੱਚ ਜੋ ਖੱਜਲ ਖਵਾ ਰਹੀ ਹੈ ਉਹ ਸਿੱਧੇ ਤੌਰ ਤੇ ਪੰਜਾਬ ਦੇ ਕਿਸਾਨ ਦੀ ਕੀਤੀ ਜਾਣੀ ਹੈ ਲੰਬਾ ਸਮਾਂ ਹੋ ਗਿਆ ਆੜਤਿਆਂ ਵੱਲੋਂ ਆਪਣੀ ਹੜਤਾਲ ਦਾ ਐਲਾਨ ਕੀਤਾ ਪਰ ਸਰਕਾਰ ਦੀ ਨਲਾਇਕੀ ਦੇਖੋ ਕਿ ਸਰਕਾਰ ਵੱਲੋਂ ਹਲੇ ਤੱਕ ਆੜਤਿਆ ਐਸੋਸੀਏਸ਼ਨ ਦੇ ਨਾਲ ਲੰਬੇ ਸਮੇਂ ਤੋਂ ਬਾਅਦ ਇੱਕ ਕੱਲ ਮੀਟਿੰਗ ਕੀਤੀ ਗਈ ਜਿਸ ਵਿੱਚ ਕੋਈ ਵੀ ਸਾਰਥਕ ਹੱਲ ਨਹੀਂ ਕੀਤਾ ਗਿਆ ਦੇਖਦੇ ਆ ਕਿ ਪੰਜਾਬ ਸਰਕਾਰ ਵੱਲੋਂ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਨੇ ਜਾਂ ਫਿਰ ਇਸ ਵਾਰ ਫਿਰ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਰੋਲਣਾ ਪਏਗਾ ਡੇਲੀ ਪੋਸਟ ਲਈ ਸੰਗਰੂਰ ਤੋਂ ਰਜੇਸ਼ ਕੋਲੀ